ਵਿਧਾਨ ਸਭਾ ਦੇ ਬਾਹਰ ਪ੍ਰਤਾਪ ਬਾਜਵਾ ਨੇ ਕਿਹਾ ਜਿਹੜੀ ਸਰਕਾਰ 2.5 ਸਾਲਾਂ ਵਿੱਚ ਕਿਸੇ ਪੰਚਾਇਤੀ ਨੂੰ ਗ੍ਰਾਂਟ ਨਹੀਂ ਜਾਰੀ ਕਰ ਸਕੀ ਉਸ ਕੋਲ ਪੰਚਾਇਤੀ ਚੋਣਾਂ ਵਿੱਚ ਕੀ ਉਮੀਦ ਰੱਖ ਸਕਦੇ ਹਾਂ? ਤੁਸੀਂ ਇਹ ਟੋਟਲ ਫਰੋਡ ਚੀਫ ਮਿਨਿਸਟਰ ਅਤੇ ਫਰੋਡ ਇਹਨਾਂ ਦੀ ਜਮਾਤ ਹੈ। ਸਮੁੱਚੇ ਪੰਜਾਬ 2.5 ਸਾਲਾਂ 'ਤੇ ਰੁਪਈਆ ਕਿਸੇ ਪੰਚਾਇਤ ਨੂੰ ਦੇ ਸਕੇ? ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13,000 ਪੰਚਾਇਤ 12,800 ਜੇ ਅੱਧੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤਾਂ ਇਹਨਾਂ ਕੋਲ ਤਾਂ 5 ਲੱਖ ਨਹੀਂ ਦਿੱਤਾ ਜਾਣਾ, ਇਹਨਾਂ ਸਟੇਡੀਅਮ ਕਿਹਨੂੰ ਦੇਣਾ? ਸਰ ਝੂਠ ਬੋਲਣ ਦਾ ਠੇਕਾ PhD ਲਈ ਹੈ, ਇਹਨਾਂ ਨੂੰ ਪਤਾ ਹੁਣ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ। ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ। ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤਾਂ ਇਹਨਾਂ ਕੋਲ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ। ਨਵੇਂ ਪਿੰਡਾਂ 'ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ, ਮੈਨੂੰ ਤਾਂ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ। ਅਤੇ ਸਰਬਸੰਮਤੀ ਇੰਨੇ ਪਿੰਡਾਂ 'ਚ, ਚਲੋ ਇਹ ਮੰਨ ਲਓ 10% ਪਿੰਡਾਂ 'ਚ ਵੀ ਸਰਬਸੰਮਤੀ ਹੋ ਗਈ 12,000 ਚੋਂ, ਤਾਂ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25-30 ਲੱਖ ਰੁਪਏ ਦਾ ਮਿਨੀਮਮ, ਮੇਰਾ 50 ਲੱਖ ਦਾ ਬਣਦਾ, ਮਿੰਨੀ ਸਟੇਡੀਅਮ ਵੀ ਬਣਾਉਣਾ ਹੋਏ 50 ਲੱਖ ਤੋਂ 1 ਕਰੋੜ ਰੁਪਈਆ ਲੱਗਦਾ। ਇਹਨਾਂ ਕੋਲ ਪੈਸੇ ਹੈ ਨੇ ਜ਼ਹਿਰ ਖਾਣ ਜੋਗੇ? ਤਾਂ ਇਹਨਾਂ ਕੋਲ ਪੈਸੇ ਨਹੀਂ, ਹਸਪਤਾਲ ਕੋਈ ਚੱਲਦਾ ਨਹੀਂ, ਸਕੂਲ ਕੋਈ ਚੱਲਦਾ ਨਹੀਂ, ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾ ਰਹੇ, ਪੈਨਸ਼ਨ ਕਿਸੇ ਨੂੰ ਦਿੱਤੀ ਨਹੀਂ ਜਾ ਰਹੀ, ਝੂਠ ਇਹਨਾਂ ਕੋਲ ਜਿੰਨਾ ਮਰਜ਼ੀ ਬੁਲਾ ਲਓ ਜੀ, ਉਹ ਬੋਲਣ 'ਤੇ ਕੋਈ ਟੈਕਸ ਹੈ ਨਹੀਂ ਜੀ। ਪੰਚਾਇਤ ਦੀ ਚੋਣ ਕਹਿ ਰਹੇ ਪਹਿਲਾਂ ਵੀ ਅਜੇ ਨਾ ਭੱਜ ਗਏ ਨੇ ਕਿੱਥੇ, ਤੁਸੀਂ ਗੱਲ ਨਹੀਂ, ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ 'ਚ ਕਿਸੇ ਪਾਰਟੀ ਨੇ ਸਿੰਬਲ 3 ਲੜੀ, ਇਕੱਲੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਜਾਂਦੀਆਂ, ਪਤਾ ਨਹੀਂ ਇਹਦਾ ਪਰਪਜ਼ ਕੀ ਹੈ। ਤੁਹਾਨੂੰ ਪਤਾ ਹਰ ਚੀਜ਼ 'ਚ ਐਵੇਂ ਮਧਾਣੀ ਜੀ ਘੋਲਣੀ ਹੁੰਦੀ ਇਹਨਾਂ ਨੇ, ਦੇਰ ਇਜ਼ ਨੋ ਪਰਪਜ਼। ਅਤੇ ਅਜੇ ਤੱਕ ਤਾਂ ਪੰਚਾਇਤ ਕਰਵਾਉਣ ਦਾ ਹੀ ਨਾਂ ਨਹੀਂ ਲੈ ਰਹੇ ਜੀ, ਕਦੋਂ ਹੋਣੀਆਂ ਨੇ? ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕੇ ਆ ਜੀ, ਅਤੇ ਕੋਈ ਨਾ ਕੋਈ ਦੇ ਆਰ ਜਸਟ ਟੇਕਿੰਗ ਦੀ ਸਟੇਟ ਫੋਰ ਅ ਰਾਈਡ। ਕੁਝ ਵੀ ਸਾਰੇ 3 ਦਿਨ ਦੇ ਸੈਸ਼ਨ 'ਚੋਂ 0 ਰਿਜ਼ਲਟ। ਜੇ ਤਾਂ ਵੇਖੋ ਲੋਅ ਐਂਡ ਆਰਡਰ 'ਤੇ, ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲੋਅ ਐਂਡ ਆਰਡਰ ਦੀ ਗੱਲ ਕਰਨੀ ਸੀ, ਬੇਅਦਬੀਆਂ ਦੀ ਗੱਲ ਕਰਨੀ ਸੀ, ਅਸੀਂ ਆਪਣੇ ਜਿੰਨੇ ਵੀ ਇਸ਼ੂਜ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਸਾਡੇ ਡਰੱਗਸ ਦਾ ਮਸਲਾ ਸੀ, ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਦਿੱਤਾ ਜੀ? ਹੁਣ ਕੀ ਕਰ ਸਕਦੇ ਹੋ ਤੁਸੀਂ? ਵਾਕਆਊਟ ਕਰਾਂਗੇ ਤਾਂ ਲੋਕਾਂ ਵਿੱਚ ਇਹ ਜਾਏਗੀ, ਵੇਖੋ ਜੀ ਇਹਦੇ ਵਾਕਆਊਟ ਕਰਕੇ, ਤਾਂ ਜੇ ਉੱਥੇ ਬਹਿੰਦੇ ਹਾਂ ਤਾਂ ਸਪੀਕਰ ਮੁਤਾਬਕ ਚੱਲਣਾ ਪੈਂਦਾ। ਵਿਧਾਨ ਸਭਾ ਦੇ ਬਾਹਰ ਪ੍ਰਤਾਪ ਬਾਜਵਾ ਨੇ ਕਿਹਾ ਜਿਹੜੀ ਸਰਕਾਰ 2.5 ਸਾਲਾਂ ਵਿੱਚ ਕਿਸੇ ਪੰਚਾਇਤੀ ਨੂੰ ਗ੍ਰਾਂਟ ਨਹੀਂ ਜਾਰੀ ਕਰ ਸਕੀ ਉਸ ਕੋਲ ਪੰਚਾਇਤੀ ਚੋਣਾਂ ਵਿੱਚ ਕੀ ਉਮੀਦ ਰੱਖ ਸਕਦੇ ਹਾਂ? ਤੁਸੀਂ ਇਹ ਟੋਟਲ ਫਰੋਡ ਚੀਫ ਮਿਨਿਸਟਰ ਅਤੇ ਫਰੋਡ ਇਹਨਾਂ ਦੀ ਜਮਾਤ ਹੈ। ਸਮੁੱਚੇ ਪੰਜਾਬ 2.5 ਸਾਲਾਂ 'ਤੇ ਰੁਪਈਆ ਕਿਸੇ ਪੰਚਾਇਤ ਨੂੰ ਦੇ ਸਕੇ? ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13,000 ਪੰਚਾਇਤ 12,800 ਜੇ ਅੱਧੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤਾਂ ਇਹਨਾਂ ਕੋਲ ਤਾਂ 5 ਲੱਖ ਨਹੀਂ ਦਿੱਤਾ ਜਾਣਾ, ਇਹਨਾਂ ਸਟੇਡੀਅਮ ਕਿਹਨੂੰ ਦੇਣਾ? ਸਰ ਝੂਠ ਬੋਲਣ ਦਾ ਠੇਕਾ PhD ਲਈ ਹੈ, ਇਹਨਾਂ ਨੂੰ ਪਤਾ ਹੁਣ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ। ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ। ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤਾਂ ਇਹਨਾਂ ਕੋਲ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ। ਨਵੇਂ ਪਿੰਡਾਂ 'ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ, ਮੈਨੂੰ ਤਾਂ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ। ਅਤੇ ਸਰਬਸੰਮਤੀ ਇੰਨੇ ਪਿੰਡਾਂ 'ਚ, ਚਲੋ ਇਹ ਮੰਨ ਲਓ 10% ਪਿੰਡਾਂ 'ਚ ਵੀ ਸਰਬਸੰਮਤੀ ਹੋ ਗਈ 12,000 ਚੋਂ, ਤਾਂ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25-30 ਲੱਖ ਰੁਪਏ ਦਾ ਮਿਨੀਮਮ, ਮੇਰਾ 50 ਲੱਖ ਦਾ ਬਣਦਾ, ਮਿੰਨੀ ਸਟੇਡੀਅਮ ਵੀ ਬਣਾਉਣਾ ਹੋਏ 50 ਲੱਖ ਤੋਂ 1 ਕਰੋੜ ਰੁਪਈਆ ਲੱਗਦਾ। ਇਹਨਾਂ ਕੋਲ ਪੈਸੇ ਹੈ ਨੇ ਜ਼ਹਿਰ ਖਾਣ ਜੋਗੇ? ਤਾਂ ਇਹਨਾਂ ਕੋਲ ਪੈਸੇ ਨਹੀਂ, ਹਸਪਤਾਲ ਕੋਈ ਚੱਲਦਾ ਨਹੀਂ, ਸਕੂਲ ਕੋਈ ਚੱਲਦਾ ਨਹੀਂ, ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾ ਰਹੇ, ਪੈਨਸ਼ਨ ਕਿਸੇ ਨੂੰ ਦਿੱਤੀ ਨਹੀਂ ਜਾ ਰਹੀ, ਝੂਠ ਇਹਨਾਂ ਕੋਲ ਜਿੰਨਾ ਮਰਜ਼ੀ ਬੁਲਾ ਲਓ ਜੀ, ਉਹ ਬੋਲਣ 'ਤੇ ਕੋਈ ਟੈਕਸ ਹੈ ਨਹੀਂ ਜੀ। ਪੰਚਾਇਤ ਦੀ ਚੋਣ ਕਹਿ ਰਹੇ
ਨਾ ਭੱਜ ਗਏ ਨੇ ਕਿੱਥੇ, ਤੁਸੀਂ ਗੱਲ ਨਹੀਂ, ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ 'ਚ ਕਿਸੇ ਪਾਰਟੀ ਨੇ ਸਿੰਬਲ 'ਤੇ ਲੜੀ, ਇਕੱਲੀ ਬਲੋਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਜਾਂਦੀਆਂ, ਪਤਾ ਨਹੀਂ ਇਹਦਾ ਪਰਪਜ਼ ਕੀ ਹੈ। ਤੁਹਾਨੂੰ ਪਤਾ ਹਰ ਚੀਜ਼ 'ਚ ਐਵੇਂ ਮਧਾਣੀ ਜੀ ਘੋਲਣੀ ਹੁੰਦੀ ਇਹਨਾਂ ਨੇ, ਦੇਰ ਇਜ਼ ਨੋ ਪਰਪਜ਼। ਅਤੇ ਅਜੇ ਤੱਕ ਤਾਂ ਪੰਚਾਇਤ ਕਰਵਾਉਣ ਦਾ ਹੀ ਨਾਂ ਨਹੀਂ ਲੈ ਰਹੇ ਜੀ, ਕਦੋਂ ਹੋਣੀਆਂ ਨੇ? ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕੇ ਆ ਜੀ, ਅਤੇ ਕੋਈ ਨਾ ਕੋਈ ਦੇ ਆਰ ਜਸਟ ਟੇਕਿੰਗ ਦੀ ਸਟੇਟ ਫੋਰ ਅ ਰਾਈਡ। ਕੁਝ ਵੀ ਸਾਰੇ 3 ਦਿਨ ਦੇ ਸੈਸ਼ਨ 'ਚੋਂ 0 ਰਿਜ਼ਲਟ। ਜੇ ਤਾਂ ਵੇਖੋ ਲੋਅ ਐਂਡ ਆਰਡਰ 'ਤੇ, ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲੋਅ ਐਂਡ ਆਰਡਰ ਦੀ ਗੱਲ ਕਰਨੀ ਸੀ, ਬੇਅਦਬੀਆਂ ਦੀ ਗੱਲ ਕਰਨੀ ਸੀ, ਅਸੀਂ ਆਪਣੇ ਜਿੰਨੇ ਵੀ ਇਸ਼ੂਜ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਸਾਡੇ ਡਰੱਗਸ ਦਾ ਮਸਲਾ ਸੀ, ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਦਿੱਤਾ ਜੀ? ਹੁਣ ਕੀ ਕਰ ਸਕਦੇ ਹੋ ਤੁਸੀਂ? ਵਾਕਆਊਟ ਕਰਾਂਗੇ ਤਾਂ ਲੋਕਾਂ ਵਿੱਚ ਇਹ ਜਾਏਗੀ, ਵੇਖੋ ਜੀ ਇਹਦੇ ਵਾਕਆਊਟ ਕਰਕੇ, ਅਤੇ ਜੇ ਉੱਥੇ ਬਹਿੰਦੇ ਹਾਂ ਤਾਂ ਸਪੀਕਰ ਮੁਤਾਬਕ ਚੱਲਣਾ ਪੈਂਦਾ।